ਬਹੁਤ ਹੀ ਸਰਕਾਰ ਯੋਗ ਹਸਤੀਆਂ ਵੈਸੀ ਔਰ ਬਰਾਜੀ ਸੰਤ ਸ਼ਗੁਰ ਔਰ ਖੱਡ ਭੇਖਦੇ ਮਹਾਂਪੁਰਖ ਇੱਥੇ ਸਹਾਇ ਮਾਨ ਇਹ ਸਥਾਨ ਜਿੱਥੇ ਆਪਾਂ ਬੈਠੇ ਹਾਂ ਇਹ ਜਗ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਚਰਨਾਂ ਦੀ ਸ਼ੋਭ ਸੰਸਥਾ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿ ਇਹ ਸਮਾਗਮ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਹੁਣੇ ਹੁਣ ਆਪ ਜੀ ਦੇ ਨਾਲ ਸਾਂਝਾ ਕਰਕੇ ਗਏ ਨੇ ਅਤੇ ਸੰਸਥਾ ਜੋ ਬਣੀ ਹੋਈ ਹੈ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਲਈ ਉਹ ਆਪ ਹਾਜ਼ਰ ਹੋਏ ਨੇ ਉਹਨਾਂ ਨੇ ਵੀ ਬੜੇ ਪ੍ਰੇਮ ਭਾਵਨਾ ਦੇ ਨਾਲ ਆਪਣਾ ਪ੍ਰਗਟਾਵਾ ਕੀਤਾ ਹੈ। ਇਹ ਜਿਹੜੇ ਸਥਾਨ ਨੇ ਜਿਹੜੇ 88 ਸੰਤਾਂ ਦੇ ਸਥਾਨ ਵੀ ਨੇ ਔਰ ਜਿੱਥੇ ਜਿੱਥੇ ਮਠ ਬਣੇ ਹੋਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਹਨਾਂ ਦੀ ਸੇਵਾ ਸੰਭਾਲ ਇਹਨਾਂ ਮਹਾਂਪੁਰਖਾਂ ਨੇ ਸਮੇਂ ਕੀਤੀ ਹੈ ਔਰ ਇਹ ਸੰਸਾ ਮੰਡ ਚੋਂ ਸਦਾ ਹੀ ਕੱਢ ਦੇਣਾ ਚਾਹੀਦਾ ਹੈ। ਇਹ ਸਥਾਨ ਜਿਹੜੇ ਨੇ ਇਹਨਾਂ ਨੂੰ ਚੁੱਕ ਕੇ ਕਿਸੇ ਦੇ ਨਾਲ ਨਹੀਂ ਲੈ ਕੇ ਜਾਣਾ। ਇਹ ਸਥਾਨਾਂ ਦੀ ਸੇਵਾ ਸੰਭਾਲ ਵੀ ਸਿੱਖ ਸੰਤਾਂ ਨੇ ਪ੍ਰੇਮ ਪਿਆਰ ਦੇ ਨਾਲ ਕਰਨੀਆਂ ਨੇ। ਇਹਨਾਂ ਸਥਾਨਾਂ ਦੇ ਵਿੱਚੋਂ ਸ਼ਾਂਤੀ ਦਾ ਸੰਦੇਸ਼ ਮਿਲਦਾ ਹੈ। ਅਸੀਂ ਸਾਰਿਆਂ ਨੇ ਮਿਲ ਕੇ ਪ੍ਰੇਮ ਪਿਆਰ ਦੇ ਨਾਲ ਰਹਿਣਾ ਹੈ ਔਰ ਜਿੱਥੇ ਜਿੱਥੇ ਵੀ ਸਤਿਗੁਰੂ ਜੀ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਹੋਈ ਹੈ ਉਹਨਾਂ ਸਥਾਨਾਂ ਨੂੰ ਬੜੀ ਭਾਵਨਾ ਪਿਆਰ ਸ਼ਰਧਾ ਦੇ ਨਾਲ ਉਹਦੀ ਧੂੜੀ ਪਰਸਣ ਲਈ ਅਸੀਂ ਸਾਰੇ ਆਏ ਹਾਂ। ਬਹੁਤ ਹੀ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ, ਸਰਦਾਰ ਦਰਸ਼ਨ ਸਿੰਘ ਜੀ, ਗਿਆਨੀ ਕਵਿਤ ਸਿੰਘ ਜੀ, ਸਰਦਾਰ ਰਜਿੰਦਰ ਸਿੰਘ ਜੀ ਅਤੇ ਸਰਦਾਰ ਭਾਗ ਸਿੰਘ ਜੀ ਦਾ ਤੁਹਾਨੂੰ ਪਤਾ ਹੀ ਹੈ ਪਿਛਲੇ ਸਮੇਂ ਜੀ ਗਏ ਇਹਨਾਂ ਦੀਆਂ ਭਾਵਨਾ ਨੇ ਔਰ ਇਹਨਾਂ ਭਾਵਨਾ ਦੇ ਨਾਲ ਜਿਤਨੇ ਹੋਰ ਵੀ ਇੱਥੇ ਗੁਰਸਿੱਖ ਨਿਵਾਸ ਰੱਖਦੇ ਨੇ ਉਹਨਾਂ ਨੂੰ ਸਤਿਗੁਰੂ ਜੀ ਹਜ਼ਾਰਾਂ ਭਾਗ ਲਾਉਣਗੇ ਜੇ ਉਹ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੀ ਸੇਵਾ ਕਰਨਗੇ। ਆ ਗੁਰੂ ਘਰ ਦੇ ਕੀਰਤੀਏ ਵੀ ਆਏ ਨੇ, ਸਾਨੂੰ ਸਾਰਿਆਂ ਨੂੰ ਇਹ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿਵੇਂ ਅਸੀਂ ਪਾਕਿਸਤਾਨ ਦੇ ਵਿੱਚ ਰਹਿ ਕੇ ਗੁਰੂ ਸਥਾਨਾਂ ਦੀ ਯਾਤਰਾ ਕਰਨ ਲਈ ਜਾਂਦੇ ਹਾਂ, ਤਰਸਦੇ ਨੇ ਲੋਕ ਉਹਨਾਂ ਸਥਾਨਾਂ ਨੂੰ ਜਿੱਥੇ ਸਤਿਗੁਰੂ ਜੀ ਨੇ ਚਰਨ ਪਾ ਕੇ ਉਸ ਧਰਤੀ ਨੂੰ ਪਵਿੱਤਰ ਕੀਤਾ ਹੈ। ਇਸੇ ਤਰ੍ਹਾਂ ਹੀ ਨੇਪਾਲ ਦੇ ਵਿੱਚ ਜਦੋਂ ਤੀਜੀ ਯਾਤਰਾ ਵਿੱਚ ਸਤਿਗੁਰੂ ਜੀ ਆਏ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਗੋਰਖਨਾਥ ਦਾ ਬੜਾ ਪ੍ਰਚਾਰ ਕੀਤਾ ਔਰ ਉਹ ਸਿੱਧ ਜਿਹੜੇ ਸਨ ਆਪਣੀਆਂ ਰੀਤੀਆਂ ਸਿੱਧੀਆਂ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ ਪਰ ਸਤਿਗੁਰੂ ਜੀ ਨੇ ਆ ਕੇ ਉਹਨਾਂ ਨੂੰ ਇਹ ਸਮਰਥ ਦਿੱਤੀ। ਰੀਤੀਆਂ ਸਿੱਧੀਆਂ ਦੇ ਵਿੱਚ ਨਾਮ ਦਾ ਰਸ ਨਹੀਂ ਹੈ, ਰਸ ਤਾਂ ਪਰਮਾਤਮਾ ਦੀ ਸਿਮਰਨ ਵਿੱਚ ਹੈ। ਸਿੱਧੋ ਤੁਸੀਂ ਜੇ ਪ੍ਰਭੂ ਦੇ ਸਿਮਰਨ ਵਿੱਚ ਜੁੜ ਜਾਓਗੇ ਤੁਹਾਨੂੰ ਆਤਮ ਸ਼ਾਂਤੀ ਪ੍ਰਾਪਤ ਮਿਲੇਗੀ। ਉਹ ਸ਼ਾਂਤੀ ਉਹਨਾਂ ਸਿੱਧਾਂ ਨੂੰ ਵੀ ਸਤਿਗੁਰੂ ਜੀ ਨੇ ਪ੍ਰਦਾਨ ਕੀਤੀ ਔਰ ਉਹ ਸਥਾਨ ਦੇ ਉੱਤੇ ਥਾਂ ਥਾਂ ਦੇ ਉੱਤੇ ਸ਼੍ਰੀ ਚੰਦ ਬਾਬਾ ਜੀ ਜਗਤ ਗੁਰੂ ਨਾਨਕ ਦੇਵ ਮਹਾਰਾਜ ਦੇ ਸਪੁੱਤਰ ਉਦਾਸੀ ਮੱਤ ਦੇ ਜੋ ਚਾਰਜ ਸਨ ਔਰ ਚਲਾਉਣ ਵਾਲੇ ਸਨ ਉਹ ਵੀ ਇੱਥੇ ਕਾਫੀ ਸਮਾਂ ਆਏ ਔਰ ਮਹਾਤਮਾ ਜਿਹੜੇ ਨੇ ਸਮੇਂ ਸਮੇਂ ਦੇ ਨਾਲ ਉਹ ਸਥਾਨਾਂ ਦੀ ਸੇਵਾ ਸੰਭਾਲ ਕਰ ਰਹੇ ਨੇ ਔਰ ਇਹਨਾਂ ਦੇ ਨਾਲ ਅਸੀਂ ਸਹਿਯੋਗ ਦੇਣਾ ਹੈ। ਉਹਨਾਂ ਸਥਾਨਾਂ ਨੂੰ ਜਿਵੇਂ ਅੱਜ ਜਿੱਥੇ ਆਪਾਂ ਬੈਠੇ ਹਾਂ ਇਹ ਇੱਕ ਪ੍ਰੇਮੀ ਨੇ ਸੇਵਾ ਕਰਾਈ ਹੈ ਪਿਛਲੇ ਸਮੇਂ ਦੀ, ਇਸੇ ਤਰ੍ਹਾਂ ਹੀ ਜਿੱਥੇ ਜੇ ਸੇਵਾ ਨਾ ਬਣੀ ਹੁੰਦੀ ਜਗ੍ਹਾ ਤਾਂ ਇੱਥੇ ਅਸੀਂ ਬੈਠ ਕੇ ਦੀਵਾਨ ਲਾ ਕੇ ਸਤਿਗੁਰੂ ਜੀ ਦਾ ਚੰਦੋਆ ਲਾ ਕੇ ਦੀਵਾਨ ਨਹੀਂ ਤੁਸੀਂ ਜਾ ਸਕਦੇ। ਇਹ ਕਾਤਲ ਸਥਾਨ ਹੈ, ਇਸ ਨੂੰ ਅਸੀਂ ਇਸ ਤਰ੍ਹਾਂ ਹੀ ਸੰਭਾਲ ਕਰਨੀ ਹੈ ਜੀ। ਇਹਦੇ ਨਾਲ ਅਸੀਂ ਕੋਈ ਔਰ ਮੈਂ ਆਪਣਾ ਦੇਵਾਂਗਾ ਵਿਚਾਰ ਦੇਵਾਂਗਾ ਕਿ ਬਹੁਤ ਸੋਹਣਾ ਸਥਾਨ ਇੱਕ ਸਾਨੂੰ ਕੰਡਾ ਖੁੱਲ੍ਹਾ ਉਹ ਬਣਾਉਣਾ ਚਾਹੀਦਾ ਹੈ। ਇਹ ਸਥਾਨ ਨੂੰ ਇਸੇ ਤਰ੍ਹਾਂ ਰਿਜ਼ਰਵ ਕਰਨਾ ਚਾਹੀਦਾ ਹੈ ਔਰ ਜਿਹੜੇ ਨਾਲ ਨਾਲ ਹੋਰ ਵੀ ਸਥਾਨ ਨੇ ਮਠ ਨੇ ਉਹਨਾਂ ਮਠਾਂ ਦੇ ਵਿੱਚ ਵੀ ਸਤਿਗੁਰੂ ਜੀ ਦੀ ਚੰਗੀ ਸੋਹਣੀ ਸੰਭਾਲ ਸੇਵਾ ਕਰੋ ਔਰ ਇਹ ਸਾਧੂ ਸੰਤ ਜਿਤਨੇ ਵੀ ਇਹਨਾਂ ਦਾ ਮਾਨ ਸਨਮਾਨ ਕਰਨਾ ਹੈ, ਅਸੀਂ ਇਹਨਾਂ ਦਾ ਮਾਨ ਸਨਮਾਨ ਕਰਾਂਗੇ ਤੇ ਸਾਡਾ ਵੀ ਮਾਨ ਸਨਮਾਨ ਵਧੇਗਾ। ਇਹਨਾਂ ਨੂੰ ਹਮੇਸ਼ਾ ਅਸੀਂ ਸਹਿਯੋਗ ਦੇਵਾਂਗੇ, ਸਾਨੂੰ ਵੀ ਸਹਿਯੋਗ ਦੇਣਗੇ ਔਰ ਜਿਹੜੀਆਂ ਸਿੱਖ ਸੰਗਤਾਂ ਇੱਥੇ ਨਿਵਾਸ ਰੱਖਦੇ ਨੇ ਪਤਾ ਲੱਗਾ ਹੈ ਕਾਫੀ ਸਿੱਖ ਸੰਗਤਾਂ ਇੱਥੇ ਆਪਣੇ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਵੀ ਸਮੇਂ ਸਿਰ ਨਾਲ ਮਿਲ ਕੇ ਸਤਿਗੁਰੂ ਮਹਾਰਾਜ ਉਹਨਾਂ ਦੇ ਕਾਰੋਬਾਰਾਂ ਵਿੱਚ ਹੋਰ ਵਾਧੇ ਕੱਢਣਗੇ।
ਜੇ ਆਪਣੀਆਂ ਕਮਾਈਆਂ ਕੀਤੀਆਂ ਦੇ ਵਿੱਚ ਉਹ ਆਪਣਾ ਦਸਵੰਧ ਦੇ ਕੇ ਇਹ ਗੁਰੂ ਘਰਾਂ ਦੇ ਵਿੱਚ ਹੋਰ ਇਹਨਾਂ ਨੂੰ ਜਿਹੜੇ ਮੱਠ ਬਣੇ ਹੋਏ ਨੇ ਇਹਨਾਂ ਨੂੰ ਅਸੀਂ ਦਿਨ ਦਿਨ ਹੋਰ ਇਹ ਜਿਹੜੀ ਸੇਵਾ ਸੁਸਾਇਟੀ ਹੈ ਅਮਰੀਕਾ ਵਾਲੀ ਇਹ ਬੜੇ ਭਾਵਨਾ ਦੇ ਨਾਲ ਔਰ ਸ਼ਬਦ ਦੇ ਨਾਲ ਔਰ ਨਿਸ਼ਕਾਮ ਸੇਵਾ ਜੇ ਕਰੋਗੇ ਤਾਂ ਗੁਰੂ ਸਾਰਿਆਂ ਨੂੰ ਭਾਗ ਲਾਏਗਾ ਆਪਾਂ ਸਾਰਿਆਂ ਨੇ ਸਹਿਯੋਗੀ ਹੋਣਾ ਮੈਂ ਆਏ ਹੋਏ ਸਾਰੇ ਮਹਾਂਪੁਰਸ਼ ਜਿਤਨੇ ਵੀ ਸੰਤ ਖੱਪ ਭੇਟਦੇ ਸਾਧੂ ਆਏ ਨੇ ਔਰ ਸਿੱਖ ਸੰਤਾਂ ਆਈਆਂ ਨੇ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਬੇਨਤੀ ਕਰਾਂਗਾ ਇਸੇ ਤਰ੍ਹਾਂ ਆਪਣੇ ਸਮੇਂ ਸਮੇਂ ਦੇ ਨਾਲ ਸਰਦਾਰ ਜਸਵੀਰ ਸਿੰਘ ਜੀ ਪੱਟੀ ਬੜੇ ਸਿਆਣੇ ਪੱਤਰਕਾਰ ਨੇ ਔਰ ਯਤਨ ਕਰਾਂਗੇ ਅਸੀਂ ਜਿਹੜੇ ਹੋਰ ਵੀ ਇੱਥੇ ਸਥਾਨ ਸਾਨੂੰ ਸਾਨੂੰ ਪੁਸ਼ਪਦਾਸ ਜੀ ਨੇ ਦੱਸਿਆ ਵਾ ਪੁਸ਼ਪਦਾਸ ਦਾ ਨਾਂ ਦਾ ਸੁਭਾਵ ਕੀ ਉਹਨਾਂ ਨੇ ਉਸ ਵੇਲੇ ਰੱਖ ਦਿੱਤਾ ਹੋਣਗਾ ਪੁਸ਼ਪਦਾਸ ਦਾ ਫੁੱਲ ਫੁੱਲ ਵਿੱਚੋਂ ਖੁਸ਼ਬੂ ਆਉਂਦੀ ਹੈ ਖੁਸ਼ਬੂ ਜਿਹੜੀ ਆ ਉਹ ਸਭ ਨੂੰ ਪ੍ਰਭਾਵਿਤ ਕਰਦੀ ਹੈ ਇਸੇ ਤਰ੍ਹਾਂ ਹੀ ਜਿਵੇਂ ਉਹ ਫੁੱਲਾਂ ਵਿੱਚੋਂ ਖੁਸ਼ਬੂ ਆਉਂਦੀ ਹੈ ਅਸੀਂ ਆਪਣੇ ਅੰਦਰ ਦੈਵੀ ਗੁਣ ਪੈਦਾ ਕਰਨੇ ਨੇ ਸਤ ਸੰਤੋਖ ਦਇਆ ਧਰਮ ਇਹ ਜਿਹੜੇ ਗੁਣ ਨੇ ਇਹ ਵੀ ਫੁੱਲਾਂ ਵਾਂਗ ਖੁਸ਼ਬੂ ਆਉਂਦੀ ਹੈ ਅਤੇ ਸਾਧੂ ਜਿਹੜੇ ਨੇ ਉਹ ਖਿੜੇ ਹੋਏ ਫੁੱਲ ਵਾਂਗ ਹੁੰਦੇ ਨੇ ਉਹਨਾਂ ਵਿੱਚੋਂ ਖੁਸ਼ਬੂ ਆਉਂਦੀ ਹੈ ਗੁਣਾਂ ਦੀ ਆਪਾਂ ਇਹਨਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਦਾ ਔਰ ਇਹਨਾਂ ਨੇ ਬੜੇ ਗੁਰੂ ਘਰ ਦੇ ਸਥਾਨਾਂ ਦਾ ਗੱਲ ਕੀਤੀ ਹੈ ਇਹਨਾਂ ਨੂੰ ਕਾਫੀ ਵਾਕਫੀਤ ਹੈ ਔਰ ਇਹਨਾਂ ਦਾ ਸਹਿਯੋਗ ਲਵਾਂਗੇ ਕਿ ਜਿੱਥੇ ਜਿੱਥੇ ਵੀ ਹੋਰ ਮੱਠ ਬਣੇ ਹੋਏ ਨੇ ਉਹਨਾਂ ਦਾ ਦਰਸ਼ਨ ਪ੍ਰਸ਼ਨ ਕਰਕੇ ਅਸੀਂ ਨੇਪਾਲ ਦੀ ਇੱਕ ਵੱਖਰੀ ਇੱਕ ਜਿਤਨੀ ਵੀ ਯਾਤਰਾ ਉਹਦੇ ਵਿੱਚ ਸਾਰੇ ਉਹਨਾਂ ਸਥਾਨਾਂ ਦਾ ਜ਼ਿਕਰ ਕਰਾਂਗੇ ਉਹਨਾਂ ਦੀ ਸੇਵਾ ਸੰਭਾਲ ਵੀ ਆਪਾਂ ਕਰਾਂਗੇ ਔਰ ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਲੋਕ ਇੱਥੇ ਦਰਸ਼ਨ ਮੇਲੇ ਕਰ ਲਈ ਹੋ ਇਸ ਤਰ੍ਹਾਂ ਦੇ ਕੋਈ ਵਿਧੀ ਬਣਾਵਾਂਗੇ ਜਿਸ ਕਰਕੇ ਇਹ ਸਥਾਨ ਜਿਹੜੇ ਨੇ ਸਦਾ ਹੀ ਚੜ੍ਹਦੀ ਕਲ ਰਹੇ ਔਰ ਇਹ ਭਰਮ ਭੁਲੇਖਾ ਜਿਹੜੇ ਲੋਕ ਇਹਨਾਂ ਸਥਾਨਾਂ ਨੂੰ ਕੋਈ ਹੋਰ ਢੰਗ ਦੇ ਨਾਲ ਵਰਤਣਾ ਚਾਹੁੰਦੇ ਨੇ ਉਹਨਾਂ ਤੋਂ ਸਾਵਧਾਨ ਸਿੱਖ ਸੰਤਾਂ ਰਹਿਣ ਇਹ ਮੈਂ ਸਿੱਖ ਸੰਤਾਂ ਨੂੰ ਅਪੀਲ ਕਰਾਂਗਾ ਆਇਆ ਹੋਇਆ ਸਾਰਿਆਂ ਦਾ ਸਿੱਖ ਸੰਤਾਂ ਦਾ ਮਹਾਂਪੁਰਸ਼ਾਂ ਦਾ ਧੰਨਵਾਦ ਉਹਨਾਂ ਚੁੱਕਾਂ ਦੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ।